ਅੱਜ ਮੈਂ ਬੋਲੂਗਾ ਤੇ ਪੋਲ ਵੀ ਖੋਲੂਗਾ ਕਈਆਂ ਦੀ ਅੱਜ ਮੈਂ ਫਿਰ ਮੈਂ ਦੇਖੂਗਾ ਤੁਸੀਂ ਕਿਹਦੇ ਨਾਲ ਖੜਦੇ ਹੋ ਸੱਚ ਨਾਲ ਖੜਦੇ ਹੋ ਕਿ ਝੂਠ ਨਾਲ ਖੜਦੇ ਹੋ ਅੱਜ ਇੱਕ ਇੱਕ ਦੀ ਪੋਲ ਖੋਲਾਂਗੇ ਨਾਲੇ ਦੱਸਾਂਗੇ ਕਿ ਆਮ ਘਰਾਂ ਦੇ ਪੁੱਤਾਂ ਨੂੰ ਕਿਵੇਂ ਮਰਵਾਇਆ ਜਾ ਰਿਹਾ ਇਹ ਹੀ ਦੱਸੂ ਹੁਣ ਇੱਕ ਇੱਕ ਚੀਜ਼ ਮਾਦਾ ਰੱਖਿਓ ਬਸ ਸੁਣਦਾ ਮਾਦਾ ਰੱਖਿਓ ਮੈਂ ਬੋਲਣ ਦਾ ਮੇਰੇ ਚ ਹੈਗਾ ਵਾ ਮਾਦਾ ਤੁਸੀਂ ਸੁਣਦਾ ਮਾਦਾ ਰੱਖਿਓ ਸੱਚ ਹੁਣ ਅੱਜ ਦੱਸਦਾ ਤੁਹਾਨੂੰ ਮੈਂ ਸੱਚ ਇੱਕ ਇੱਕ ਚੀਜ਼ ਦਾ ਹੁਣ ਤੇ ਅੰਦੋਲਨ ਦੀ ਟਾਈਮਿੰਗ ਦੇਖੋ ਕੋਰਟ ਆਫ ਕੰਡਕਟ ਚਾਰ ਪੰਜ ਦਿਨਾਂ ਚ ਲੱਗਣ ਵਾਲਾ ਉਦੋਂ ਸਟਾਰਟ ਹੋਇਆ ਇਹ ਅੰਦੋਲਨ ਠੀਕ ਹੈ ਮੇਰੇ ਇਹ ਸਾਰੇ ਸਵਾਲਾਂ ਦੇ ਜਵਾਬ ਪੰਦੇਰ ਲੱਖਾ ਸੁਧਾਨਾ ਭਾਨਾ ਸਿੱਧੂ ਰਾਜ ਸਿੰਘ ਖਾਲਸਾ ਜਾਂ ਰਫਤਾਰ ਜਾਂ ਕੋ ਹੋਰ ਜਿਹੜਾ ਮਰਜ਼ੀ ਲਾਈ ਹੋ ਕੇ ਦੇ ਦਿਓ ਕਿਸਾਨੀ ਅੰਦੋਲਨ ਫਸਟ ਦੇ ਵਿੱਚ ਪੂਰਾ ਭਾਰਤ ਤੁਹਾਡੇ ਨਾਲ ਸੀ ਪੂਰਾ ਵਰਲਡ ਤੁਹਾਡੇ ਨਾਲ ਸੀਗਾ ਉੱਥੇ ਬੈਠਾ ਦਿੱਲੀ ਉਦੋਂ ਤੁਹਾਨੂੰ મોદી ਨੇ ਐਮਐਸਪੀ ਦੇਣ ਦੀ ਗਰੰਟੀ ਕਹੀ ਠੀਕ ਹੈ ਤੁਹਾਨੂੰ ਕਿਹਾ ਕੇਸ ਵਾਪਸ ਹੋ ਜਾਣਗੇ ਠੀਕ ਹੈ ਤੁਹਾਨੂੰ ਕਿਹਾ 750 ਮੁੰਡੇ ਜਿਹੜੇ ਸ਼ਹੀਦ ਹੋਗੇ ਉਹਨਾਂ ਨੂੰ ਇਨਸਾਫ ਮਿਲ ਜਾਊਗਾ ਤੁਹਾਨੂੰ ਕਿਹਾ ਕੇਸ ਵਾਪਸ ਹੋ ਜਾਣਗੇ ਠੀਕ ਹੈ ਫਿਰ ਤੁਹਾਨੂੰ ਕਿਹਾ ਬਿਜਲੀ ਐਕਟ ਤੁਹਾਡਾ ਵਾਪਸ ਹੋ ਜਾਊਗਾ ਕਿੰਨਾ ਪ੍ਰੈਸ਼ਰ ਸੀਗਾ ਉਦੋਂ ਪੂਰੇ ਪੂਰਾ ਪੂਰਾ ਵਰਲਡ ਤੁਹਾਡੇ ਨਾਲ ਖੜਾ ਸੀ ਉਸ ਵੇਲੇ ਕਿੰਨਾ ਪ੍ਰੈਸ਼ਰ ਸੀ ਜੇ ਤੁਹਾਨੂੰ ਦੇਣਾ ਹੁੰਦਾ ਮੋਦੀ ਨੇ ਉਦੋਂ ਹੀ ਦੇ ਦਿੰਦਾ ਉਹ ਪਰ ਇੱਥੇ ਕਈਆਂ ਨੂੰ ਤਾਂ ਆ ਕੇ ਲਾਲਚ ਪੈ ਗਿਆ ਸੀਐਮ ਬਣਦਾ ਕਈਆਂ ਨੂੰ ਲਾਲਚ ਪੈ ਗਿਆ ਪੈਸੇ ਇਕੱਠੇ ਕਰਨ ਦਾ ਕਈਆਂ ਨੂੰ ਲਾਲਚ ਪੈ ਗਿਆ ਰਾਸ਼ਨ ਵੇਚ ਕੇ ਗੱਡੀਆਂ ਲੈਣ ਦਾ ਕਈਆਂ ਨੂੰ ਲਾਲਚ ਪੈ ਗਿਆ ਕਿ ਆਪਣਾ ਹੀ ਸੀ ਪਲਾਟ ਕੱਟ ਲਈਏ ਜ਼ਮੀਨਾਂ ਖਰੀਦ ਲਈਏ ਕਈਆਂ ਨੂੰ ਲਾਲਚ ਪੈ ਗਿਆ ਇੱਕ ਦੂਜੇ ਦੀ ਜੱਥੇਬੰਦੀ ਤੋਂ ਬੰਦੇ ਤੋੜ ਕੇ ਇੱਕ ਦੂਜੇ ਦੀ ਜੱਥੇਬੰਦੀ ਚੋਂ ਕਰਨ ਦਾ ਤੇ ਮਰਿਆ ਕੌਣ ਆਮ ਘਰ ਦਾ ਪੁੱਤ ਆਮ ਘਰ ਦਾ ਕਿਸੇ ਪ੍ਰਧਾਨ ਦਾ ਨਹੀਂ ਕਿਸੇ ਪ੍ਰਧਾਨ ਦਾ ਨਹੀਂ ਮਰਿਆ ਕੋਈ ਪੁੱਤ ਮੈਂ ਕਹਣਾ ਕਿਸੇ ਦਾ ਵੀ ਪੁੱਤ ਨਹੀਂ ਮਰਨਾ ਚਾਹੀਦਾ ਮੇਰੀ ਗੱਲ ਨੂੰ ਜੇ ਦੂਜੇ ਪਾਸੇ ਲੈ ਕੇ ਜਾਣਾ ਲੈ ਜਾਓ ਕੋਈ ਚੱਕਰ ਨਹੀਂ ਮੈਂ ਇੱਕ ਗੱਲ ਹੋਰ ਕਹਿ ਦਮਾ ਕਿ ਕਦੇ ਵੀ ਕਿਸੇ ਮਾਂ ਦਾ ਪੁੱਤ ਨਹੀਂ ਮਰਨਾ ਚਾਹੀਦਾ ਨਹੀਂ ਮਰਨਾ ਚਾਹੀਦਾ ਪਰ ਇੱਥੇ ਮਰੇ ਆ 750 ਆਪਣੇ 750 ਮੋਟਾ ਸਾਡਾ ਸ਼ਹੀਦ ਹੋ ਗਿਆ ਉੱਥੇ ਦਿੱਲੀ ਠੀਕ ਹੈ ਕਿਸੇ ਪ੍ਰਧਾਨ ਦਾ ਕਿਉਂ ਨਹੀਂ ਹੋਇਆ ਕਿਸੇ ਬੱਤੀਆਂ ਜਥੇ ਬੰਦੀਆਂ ਪੂਰੇ ਪੂਰੇ ਇੰਡੀਆ ਚ ਜਥੇ ਬੰਦੀਆਂ ਆਈਆਂ ਆਈਆਂ ਸੀ ਕਿਸੇ ਪ੍ਰਧਾਨ ਦੇ ਗੋਲੀ ਨਹੀਂ ਵੱਜੀ ਕਿਸੇ ਪ੍ਰਧਾਨ ਦਾ ਘਰ ਦਾ ਕੋਈ ਮੈਂਬਰ ਪੂਰਾ ਨਹੀਂ ਹੋਇਆ ਕਿਸੇ ਦਾ ਵੀ ਕੋਈ ਕੁਝ ਨਹੀਂ ਹੋਇਆ ਆਮਤ ਘਰ ਦਾ ਦੀਪੁੱਤ ਕਿਉਂ ਹੋ ਰਿਹਾ ਵਾ ਮੈਨੂੰ ਇਹ ਦੱਸੋ ਜਿੱਥੇ ਵੀ ਕਿਤੇ ਕੋਈ ਹੁੰਦਾ ਵਾ ਕੰਮ ਆਮ ਘਰ ਦਾ ਦੀਪੁੱਤ ਹੁੰਦਾ ਉੱਥੇ ਸ਼ਹੀਦ ਕੋਈ ਪ੍ਰਧਾਨ ਤੇ ਗੋਲੀ ਨਹੀਂ ਪਾਈਦੀ ਕਿਤੇ ਕੁਝ ਨਹੀਂ ਹੁੰਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਦ ਇਹ ਤੁਹਾਨੂੰ ਉਦੋਂ ਐਮਐਸਪੀ ਮਿਲ ਜਾਂਦੀ ਉਹਦਾ ਐਡਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਤੁਹਾਨੂੰ ਇੱਕ ਚਿੱਠੀ ਦੇ ਉੱਪਰ ਦੇ ਕੇ ਤੋਰਤਾ ਤੇ ਹੁਣ ਤਾਂ ਪ੍ਰੈਸ਼ਰ ਵੀ ਕੁਝ ਨਹੀਂ ਹੈਗਾ ਹੁਣ ਤੁਹਾਨੂੰ ਐਮਐਸਪੀ ਕਿਵੇਂ ਮਿਲ ਸਕਦੀ ਦੱਸ ਦੋ ਮੈਨੂੰ ਦੱਸ ਦੋ ਮੈਂ ਦੇਖੋ ਐਮਐਸਪੀ ਦੇ ਖਿਲਾਫ ਨਹੀਂ ਹੈਗਾ ਵਹਿ ਖਿਲਾਫ ਆ ਜਿਹੜੇ ਸਾਡੇ ਮੁੰਡੇ ਸ਼ਹੀਦ ਹੋ ਰਹੇ ਨੇ ਆਪਕਰਾਂ ਦੇ ਪੁੱਤ ਸਾਡੇ ਮਰ ਰਹੇ ਨੇ ਮੈਂ ਉਸ ਚੀਜ਼ ਦੇ ਖਲਾਫ ਐਮਐਸਪੀ ਦੱਸੋ ਤੁਸੀਂ ਕਿਉਂ ਕਿਵੇਂ ਮਿਲ ਸਕਦੀ ਤੁਹਾਨੂੰ ਉਦੋਂ ਐਡਾ ਵੱਡਾ ਬਿਲਡ ਹੋਇਆ ਆਪਣਾ ਐਡਾ ਪ੍ਰੈਸ਼ਰ ਬਣਿਆ ਹੋਇਆ ਗਵਰਨਮੈਂਟ ਦੇ ਉੱਪਰ ਉਦੋਂ ਤੁਹਾਨੂੰ ਐਮਐਸਪੀ ਨਹੀਂ ਦੇ ਪਾਇਆ ਦਿੱਤੀ ਉਹਨਾਂ ਨੇ ਸੈਂਟਰ ਨੇ ਉਦੋਂ ਥੋੜਾ ਬਿਜਲੀ ਐਕਟ ਪਾਸ ਨਹੀਂ ਹੋਇਆ ਉਦੋਂ ਥੋੜੇ ਕੇਸ ਵਾਪਸ ਨਹੀਂ ਹੋਏ ਉਦੋਂ ਥੋੜੇ 750 ਮੁੰਡਿਆਂ ਨੂੰ ਇਨਸਾਫ ਨਹੀਂ ਮਿਲਿਆ ਹੁਣ ਤੁਹਾਨੂੰ ਕਿਵੇਂ ਮਿਲਜੂ ਮੈਨੂੰ ਇਹ ਦੱਸੋ ਪੰਜ ਜੱਥੇ ਬੰਦੀਆਂ ਜਾਂ ਛੇ ਜੱਥੇ ਬੰਦੀਆਂ ਕੀ ਕਰਨਗੇ ਉੱਤੇ ਮੈਨੂੰ ਇਹਦਾ ਦੱਸ ਦਿਓ ਯਾਰ ਫਿਰ ਮੈਨੂੰ ਇੱਕ ਸਵਾਲ ਹੋਰ ਵੀ ਆ اے بھائی کسے کوئی ਆਪਣੇ ਆਹ ਦੱਸੋ ਮੈਨੂੰ ਜਿਹੜੇ ਮੂਰੇ ਲੱਗੇ ਹੋਏ ਨੇ ਪੰधेਰ ਵਰਗੇ ਪੰਦੇਰ ਨੂੰ ਇਹ ਪੁੱਛੋ ਕਿ ਤੇਰਾ ਪਰਿਵਾਰ ਕਿੱਥੇ ਆ ਪਹਿਲਾਂ ਤਾਂ ਪੰਦੇਰੇ ਇਹ ਦੱਸੇ ਕਿ ਤੇਰਾ ਪਰਿਵਾਰ ਕਿੱਥੇ ਆ ਜਿਹੜੇ ਮੂਰੇ ਲੱਗੇ ਹੋਏ ਨੇ ਲੱਖਾ ਸੁਧਾਨਾ ਦਾਸ ਦਵੇ ਕਿ ਉਹਦਾ ਪਰਿਵਾਰ ਕਿੱਥੇ ਆ ਭਾਣੇ ਨੇ ਪੁੱਛੋ ਤੇਰਾ ਭਰਾ ਕਿੱਥੇ ਆ ਰਾਜ ਸਿੰਘ ਖਾਲਸੇ ਨੇ ਪੁੱਛੋ ਤੇਰਾ ਪਰਿਵਾਰ ਕਿੱਥੇ ਆ ਜਿਹੜੇ ਮੋਰੀ ਹੋ ਕੇ ਲੱਗਰ ਲੱਗੇ ਹੋਏ ਨੇ ਕਹਿ ਲੱਗੇ ਹੋਏ ਨੇ ਲੋਕਾਂ ਨੂੰ ਕਿ ਆਵਾਹਾਂ ਜੀ ਆਪਣੇ ਧੀ ਪੁੱਤ ਸਾਰੇ ਲੈ ਕੇ ਪਹੁੰਚੋ ਤੇ ਤੁਹਾਡੇ ਪਰਿਵਾਰ ਕਿੱਥੇ ਆ ਤੁਹਾਡੇ ਆਪਣੇ ਪਰਿਵਾਰ ਕਿੱਥੇ ਨੇ ਦੱਸੋ ਤੁਸੀਂ ਤੁਸੀਂ ਲੋਕਾਂ ਦੇ ਧੀ ਪੁੱਤ ਉੱਥੇ ਵਰਵਾਉਣ ਲ ਉਹ ਤੁਹਾਡੇ ਦੇਖੋ ਮੁੰਡੇ ਦੇ ਗੋਲੀ ਵੱਜੀ ਆਪਣੇ ਉਹ ਫੋਨ ਸੁਣ ਰਿਹਾ ਸੀ ਉਹਦੇ ਪਿੱਛੋਂ ਗੋਲੀ ਵੱਜੀ ਉਹ ਖਨੌਰੀ ਦੇ ਖਨੌਰੀ ਵਾਲੇ ਪਾਸੇ ਹੋਇਆ ਜਿੱਥੇ ਲੱਖੇ ਸੁਨਾਰੀ ਹੁਣੀ ਬੈਠੇ ਸੀ ਲੱਖੇ ਹੁਣੀ ਸਾਰਾ ਦਿਨ ਨਹੀਂ ਦਿਖੇ ਲੱਖਾਂ ਨਹੀਂ ਦਿਖਿਆ ਭਾਨਾ ਸਿੱਧੂ ਨਹੀਂ ਦਿਗਿਆ ਇਹਨਾਂ ਦੀ ਟੀਮ ਦਾ ਹੋਰ ਕੋਈ ਮੈਂਬਰ ਨਹੀਂ ਸਾਰਾ ਦਿਨ ਦਿਖਿਆ ਰਾਤ ਨੂੰ ਜਾ ਕੇ ਟਰਾਲੀ ਦੇ ਵਿੱਚ ਲਾਈਵ ਹੋ ਰਿਹਾ ਵਾ ਲੱਖਾਂ ਰਾਤ ਨੂੰ ਜਾ ਕੇ ਆਪਣੇ ਟਰਾਲੀ ਵਿੱਚ ਭਾਨਾ ਸਿੱਧੂ ਆਪਣੇ ਬੈਠਾ ਹੋ ਵਾ ਆਪਣੇ ਸਾਡੀਆਂ ਬਾਵਾ ਦੇ ਵਿੱਚ ਬਹਿ ਕੇ ਲਾਈਵ ਹੋ ਰਿਹਾ ਵਾ ਉੱਥੇ ਉਦੋਂ ਕਿਉਂ ਨਹੀਂ ਲਾਈਵ ਹੋਏ ਦਿਨੇ ਤੁਸੀਂ ਦਿਨੇ ਤੁਹਾਡਾ ਨੈਟ ਬੰਦ ਹੋ ਜਾਂਦਾ ਰਾਤ ਨੂੰ ਤੁਹਾਡਾ ਨੈਟ ਚੱਲ ਪੈਂਦਾ ਇਹ ਕੀ ਹਿਸਾਬਤਾ ਹੋਇਆ ਬਈ ਦੱਸੋ ਪਹਿਲਾਂ ਮੈਨੂੰ ਤੁਸੀਂ ਜੇ ਤੁਹਾਡਾ ਦਿਨੇ ਨੈਟ ਬੰਦਦਾ ਤੇ ਰਾਤ ਨੂੰ ਕਿਵੇਂ ਚੱਲ ਪੈਂਦਾ ਨੈਟ ਤੁਹਾਡਾ ਮੈਨੂੰ ਦੱਸ ਦਿਓ ਫੇ ਮੈਂ ਦੇਖੋ ਮੈਂ ਨਹੀਂ ਕਹਦਾ ਕਿ ਕਿਸੇ ਦਾ ਧੀ ਪੁੱਤ ਮਰਨਾ ਚਾਹੀਦਾ ਵਾ ਪਰ ਕਿਸੇ ਪ੍ਰਧਾਨ ਦੇ ਅਜ ਤੱਕ ਕਿਉਂ ਨਹੀਂ ਹੋਇਆ ਕਦੇ ਕੋਸ਼ਿਸ਼ ਕਿਸੇ ਪ੍ਰਧਾਨ ਦੇ ਪੁੱਤ ਨੇ ਅਜ ਤੱਕ ਖੁਦਕੁਸ਼ੀ ਨਹੀਂ ਕੀਤੀ ਕਦੇ ਕਿਸੇ ਪ੍ਰਧਾਨ ਨੇ ਖੁਦਕੁਸ਼ੀ ਨਹੀਂ ਕੀਤੀ ਕਦੇ ਕਿਸੇ ਨੇ ਨਹੀਂ ਕੀਤੀ ਆਮ ਕਰਦਾ ਤੀ ਪੁੱਤ ਕਿਉਂ ਆਪਣੇ ਮਰ ਰਿਹਾ ਵਾ ਇਹ ਤਾਂ ਦੱਸ ਦੋ ਸਾਨੂੰ ਸਾਨੂੰ ਤੁਸੀਂ ਮੈਨੂੰ ਗੁੱਸਾ ਪਤਾ ਕਰਦਾ ਜਿਹੜਿਆ ਸਾਨੂੰ ਕੱਲ ਦੇ ਕਰੀ ਜਾਂਦੇ ਨੇ ਯਾਰ ਤੁਸੀਂ ਪਹੁੰਚੇ ਨਹੀਂ ਗਦਾਰ ਹੋ ਗਦਾਰ ਤੁਸੀਂ ਕਹੋ ਉਹਨਾਂ ਨੇ ਸਾਨੂੰ ਗਦਾਰੀਆ ਸਰਟੀਫਿਕੇਟ ਦੇਣ ਵਾਲੇ ਅਸੀਂ ਤੁਹਾਨੂੰ ਪੁੱਛ ਕੇ ਜਾਣਾ ਭਾਈ ਯਾਰ ਜੇ ਜਾਣਾ ਕਿਤੇ ਤੁਹਾਨੂੰ ਦੱਸ ਕੇ ਜਾਣਾ ਸੀ ਕਿਤੇ ਜਾਣਾ ਵਾ ਤੁਸੀਂ ਕਹੋ ਉਹਨਾਂ ਨੇ ਸਾਨੂੰ ਗਦਾਰੀਆ ਸਰਟੀਫਿਕੇਟ ਬੰਡਣ ਵਾਲੇ ਦੂਜੀ ਗੱਲ 3 ਕਰੋੜ ਤੋਂ ਉੱਪਰ ਆਬਾਦੀ ਆ ਪੰਜਾਬ ਦੀ ਤੇ ਜਿਹੜੇ ਉੱਥੇ ਬੈਠੇ ਨੇ ਤੁਹਾਨੂੰ ਪਤਾ ਕਿੰਨੇ ਬੈਠੇ ਨੇ ਫੇ ਸਾਰੇ ਗਦਾਰ ਹੋ ਗਏ ਉਹ 5000 ਜਾਂ 6000 ਨਾ ਬੈਠੀਆਂ ਨੇ ਪੰਜਾਬ ਚ 32 ਜਥੇਬੰਦੀਆਂ ਨੇ 32 ਜਥੇਬੰਦੀਆਂ ਫੇ ਸਾਰੇ ਗਦਾਰ ਹੋ ਗਏ ਯਾਰ ਮੈਨੂੰ ਦੱਸੋ ਸਾਰਾ ਪੰਜਾਬੀ ਗਦਾਰ ਹੋ ਗਿਆ ਜਿਹੜੇ ਉੱਥੇ ਬਹਿ ਗਏ ਉਹ ਦੇਸ਼ ਭਗਤ ਹੋ ਗਏ ਬਾਕੀ ਗਦਾਰ ਹੋ ਗਏ ਆ ਜਿਹੜੇ ਘਰੇ ਬੈਠੇ ਆ ਵਾਹ ਤੁਹਾਡੇ ਫੇ ਤਾਂ ਜਿਹੜੇ ਐਨਆਰਆਈਆਂ ਨੇ ਪਿਛਲੇ ਵਾਰ ਪੈਸਾ ਭੇਜਿਆ ਕਈ ਐਨਆਰਆਈ ਇੱਧਰ ਆਏ ਨਹੀਂ ਫੇ ਉਹ ਵੀ ਗਦਾਰ ਹੋ ਗਏ ਫੇਰ ਤਾਂ ਉਹ ਵੀ ਗਦਾਰ ਹੋ ਗਏ ਪੈਸੇ ਭੇਜੇ ਜਿਹੜੇ ਉਹ ਵੀ ਗਦਾਰ ਹੋ ਗਏ ਤੁਹਾਡੇ ਹਿਸਾਬ ਨਾਲ ਤੁਸੀਂ ਜਣੇ ਖਾਣੇ ਉੱਠ ਕੇ ਗਦਾਰੀਆਂ ਸੈਟਿੰਗ ਮੈਂ ਕੱਲ ਬੋਲਣਾ ਨਹੀਂ ਸੀਗਾ ਪਰ ਮੈਨੂੰ ਅੱਜ ਲੱਗ ਗਈ ਮੈਂ ਕਹਾਂ ਦੇਖੋ ਹੁਣ ਤੁਸੀਂ ਇੱਕ ਗੱਲ ਦੇਖੋ ਉਹ ਮਾਂ ਆਪਣੇ ਇੱਕ ਆਪਣੇ ਭੈਣ ਦਾ ਭਰਾ ਇੱਕ ਦਾਦੀ ਦਾ ਪੋਤਾ ਇੱਕ ਪਿਓ ਦਾ ਪੁੱਤ ਉਥੇ ਸ਼ਹੀਦ ਹੋ ਗਿਆ ਉਥੇ ਜਾ ਕੇ ਹੁਣ ਲੱਖੇ ਵਰਗੇ ਭਾਨੇ ਵਰਗੇ ਜਾਂ ਹੋਰ ਕਈ ਬੰਦੇ ਫੋਟੋ ਸ਼ੂਟ ਕਰ ਰਹੇ ਨੇ ਉਸ ਮਾਂ ਦੇ ਨਾਲ ਉਸ ਭੈਣ ਦੇ ਨਾਲ ਬਹਿ ਕੇ ਫੋਟੋ ਸ਼ੂਟ ਕਰਵਾਈ ਜਾ ਰਹੀ ਆ ਤੇ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਅੱਜ ਤੋਂ 20 ਭੋਗ ਪਹਿਲਾਂ ਦੋ ਭੋਗ ਪੈਣ ਤੋਂ 10 15 20 ਦਿਨ ਬਾਅਦ ਮਹੀਨੇ ਬਾਅਦ ਮੈਂ ਪੁੱਛੂਗਾ ਕੌਣ ਜਾਊਗਾ ਤੇ ਕਰੇ ਫੇਰ ਦੇਖੋ ਕੌਣ ਜਾਂਦਾ ਵਾ ਇੱਕ ਕਰੋੜ ਪਲੱਸ ਨੌਕਰੀ ਉਸ ਭੈਣ ਨੂੰ ਦਵਾਤੀ ਤੁਸੀਂ ਤੇ ਜਿਹੜੇ ਪਹਿਲਾਂ 750 ਆਪਣਾ ਮੁੰਡਾ ਸ਼ਹੀਦ ਹੋ ਗਿਆ ਉਹਨਾਂ ਨੂੰ ਕੀ ਮਿਲਿਆ ਅੱਜ ਤੱਕ ਕਿਹਦੇ ਘਰ ਜਾ ਕੇ ਤੁਸੀਂ ਵੀਡੀਓ ਪਾਈ ਆ ਮੈਨੂੰ ਦੱਸ ਦੋ ਆਪਣਾ ਮੁੰਡਾ ਸ਼ੋਪਾਹਾ ਹੋਇਆ ਵਾ ਆਪਣੇ ਬਠਿੰਡੇ ਜ਼ਿਲ੍ਹੇ ਦਾ ਜਿਹਦੇ ਗੋਲੀ ਬੱਜੀਆ ਜਿਹੜਾ ਸ਼ਹੀਦ ਹੋਇਆ ਉਹਦੀ ਭੈਣ ਕੋਲ ਤੇ ਉਹਦੀ ਦਾਦੀ ਕੋਲ ਗਿਆ ਉਹਦੇ ਪਿਓ ਕੋਲ ਬਹਿ ਕੇ ਤਾਂ ਆਪਾਂ ਲਾਈਵ ਹੋ ਕੇ ਉੱਥੇ ਬੋਲ ਰਹੇ ਆ ਆ ਲੱਖੇ ਦੇ ਭਾਨੇ ਵਰਕੇ ਜਾਂ ਹੋਰ ਕਈ ਫੋਟੋ ਸ਼ੂਟ ਕਰਵਾ ਰਹੇ ਨੇ ਹੈ ਬਾਕੀ ਜਿਹੜੇ 750 ਆਪਣੇ ਮੁੰਡੇ ਪਿਛਲੀ ਵਾਰ ਹੋਏ ਆ ਉਹਨਾਂ ਦੇ ਘਰੇ ਕਿਉਂ ਨਹੀਂ ਗਏ ਇਹ ਫੋਟੋ ਸ਼ੂਟ ਕਰਨ ਉਦੋਂ ਕਿਉਂ ਨਹੀਂ ਗਏ ਇਹ ਉਦੋਂ ਕਿੱਥੇ ਗਏ ਉਦੋਂ 2 ਸਾਲ ਦਾ ਤੁਸੀਂ ਪੁੱਛਿਆ ਨਹੀਂ ਉਹਨਾਂ ਨੂੰ 750 ਨੂੰ ਇੱਥੇ 1 ਕਰੋੜ ਰੁਪਈਆ ਪਲੱਸ ਉਸ ਭੈਣ ਨੂੰ ਨੌਕਰੀ ਮਿਲ ਗਈ ਆ ਉਹਦੇ ਨਾਲ ਉਹਦਾ ਭਰਾ-ਬਾਪ ਸੱਜੂਗਾ ਮੈਨੂੰ ਇੱਕ ਚੀਜ਼ ਦਾ ਜਵਾਬ ਦੋ 1 ਕਰੋੜ ਰੁਪਇਆ ਪਲੱਸ ਨੌਕਰੀ ਉਹਦਾ ਭਰਾ ਵਾਪਸ ਆ ਜਾਊਗਾ ਮੈਨੂੰ ਜਵਾਬ ਦੇ ਦਿਓ ਤੁਸੀਂ ਸਿਰਫ 10 ਜਾਂ 15 ਦਿਨ ਇਹ ਜਿਹੜੇ ਆਪਣੇ ਫੋਟੋ ਸ਼ੂਟ ਕਰਵਾਉਣ ਜਾਂਦੇ ਆ ਨਾ ਸਿਰਫ 10 ਜਾਂ 15 ਦਿਨ ਹੀ ਜਾਓਗੇ ਜਦ ਤੱਕ ਮੀਡੀਆ 'ਚ ਗੱਲ ਚੱਲਦੀ ਆ ਜਿਸ ਦਿਨ ਮੀਡੀਆ 'ਚ ਗੱਲ ਆਉਣੀ ਬੰਦ ਹੋ ਗਈ ਇਹ ਤੁਸੀਂ ਉੱਥੇ ਜਾਣਾ ਬੰਦ ਕਰ ਦੋਗੇ ਮੁੜ ਕੇ ਮੁੜ ਕੇ ਉਹ ਸਾਰੀ ਉਮਰ ਭੈਣ ਕੀਤੇ ਰੱਖੜੀ ਬਨੂਗੀ ਦੱਸੋ ਮੈਨੂੰ ਤੁਸੀਂ ਕਿਹੜਾ ਜਾਊਗਾ ਉਹਦੇ ਸਾਹਮਣੇ ਕੌਣ ਜਾਊਗਾ ਉਹਦੇ ਕੋਲ ਦੱਸੋ ਮੈਨੂੰ ਪਹਿਲਾ 750 ਜਿਹੜਾ ਮੁੰਡਾ ਮਾਵਾ ਹਜੇ ਤੱਕ ਬਿਲਕਦੀਆਂ ਫਿਰਦੀਆਂ ਹਜੇ ਤੱਕ ਭੈਣਾ ਬਿਲਕਦੀਆਂ ਫਿਰਦੀਆਂ ਆਪਣੇ ਭਰਾਵਾਂ ਨੂੰ ਮਾਵਾ ਆਪਣੇ ਪੁੱਤਾਂ ਨੂੰ ਬਿਲਕਦੀਆਂ ਫਿਰਦੀਆਂ ਹਜੇ ਤੱਕ ਤੁਸੀਂ ਉਹਨਾਂ ਦਾ ਕੀ ਕਰਤਾ ਹੋ ਹੁਣ ਤੱਕ 750 ਦਾ 2 ਸਾਲ ਹੋ ਗਏ 2 ਸਾਲ ਕਿਧੇ ਕਰੇ ਗਏ ਹਜੇ ਤੱਕ ਕਿਹਨੂੰ ਸਾਫ ਲੈ ਕੇ ਦਿੱਤਾ ਕਿਹਨੂੰ ਦਿੱਤੀ 1 ਕਰੋੜ ਰੁਪਇਆ ਪਲੱਸ ਨੌਕਰੀ ਲੈ ਕੇ ਦਿੱਤੀ ਤੁਸੀਂ ਦੱਸੋ ਆ ਵਧੀਆ ਕੰਮ ਆ ਕੋਈ ਸ਼ਹੀਦ ਹੋ ਜਾਵੇ ਉੱਥੇ ਧਰਨੇ ਤੇ ਹੋ ਜਾਵੇ 10 ਲੱਖ ਪਲੱਸ ਨੌਕਰੀ ਜੇ ਕੋਈ ਸ਼ਹੀਦ ਹੋ ਗਿਆ ਤਾਂ 1 ਕਰੋੜ ਪਲੱਸ ਨੌਕਰੀ ਆ ਚੰਗਾ ਕੰਮ ਆ ਯਾਰ ਤੁਸੀਂ ਧੀਆ ਪੁੱਤਾਂ ਨੂੰ ਮਰਵਾਉਣ ਲੱਗੇ ਹੋਏ ਹੋ ਯਾਰ ਮੈਨੂੰ ਇੱਕ ਸਵਾਲ ਦਾ ਜਵਾਬ ਚਾਹੀਦਾ ਕਦੇ ਕਿਸੇ ਪ੍ਰਧਾਨ ਦੇ ਗੋਲੀ ਕਿਉਂ ਨਹੀਂ ਵੱਜੀ ਕਦੇ ਕਿਸੇ ਪ੍ਰਧਾਨ ਦਾ ਪਰਿਵਾਰ ਦਾ ਸ਼ਹੀਦ ਕਿਉਂ ਨਹੀਂ ਹੋਇਆ ਮੇਰੇ ਗੱਲ ਦਾ ਜਵਾਬ ਦੇ ਦਿਓ ਯਾਰ ਕੈਮਰੇ ਸਾਹਮਣੇ ਤੁਸੀਂ ਲੱਖੇ ਸਹਾਰੇ ਵਰਗੇ ਭਾਂਡੇ ਸਹਾਰੇ ਵਰਗੇ ਆ ਭਾਂਡੇ ਸਿੱਧੂ ਵਰਗੇ ਆ ਜਾਂਦੇ ਨੇ ਜਦੇ ਹੋ ਜਾਂਦੇ ਨੇ ਇਹ ਮਿੰਟ ਮਿੰਟ ਤੇ ਲਾਈਵ ਪਾਉਣ ਵਾਲੇ ਮਿੰਟ ਮਿੰਟ ਤੇ ਲਾਈਵ ਪਾਉਣ ਵਾਲੇ ਉਦੋਂ ਕਿੱਥੇ ਹੁੰਦੇ ਆ ਜਦੋਂ ਗੋਲੀਬਾਰੀ ਚੱਲਦੀ ਆ ਉਦੋਂ ਕਿੱਥੇ ਹੁੰਦੇ ਆ ਇਹ ਜਿਹੜੇ ਸਾਨੂੰ ਸਰਟੀਫਿਕੇਟ ਵੰਡ ਰਿਆ ਸੀ ਵੀ ਜਾਣ ਅਸੀਂ ਕਿਉਂ ਜਾਈ ਸਾਡੇ ਪਰਿਵਾਰ ਨੂੰ ਮੁੜ ਕੇ ਕਿਹਨੇ ਪੁੱਛਣਾ ਮੈਨੂੰ ਦੱਸ ਦੋ ਕੱਲੋਂ ਅਸੀਂ ਜਾਂਦੇ ਆ ਮੈਨੂੰ ਕੋਈ ਗੱਲਬਾਤ ਹੁੰਦੀ ਹੈ ਮੇਰੇ ਪਰਿਵਾਰ ਨੂੰ ਕੀ ਫੋਟੋ ਸ਼ੂਟ ਕਰਾ ਕੇ ਮੁੜ ਕੇ ਕਿਹਨੇ ਪੁੱਛਣਾ ਸਾਡੇ ਮੇਰੇ ਬੱਚਿਆਂ ਨੂੰ ਜਾਂ ਮੇਰੇ ਪਰਿਵਾਰ ਨੂੰ ਮੈਨੂੰ ਦੱਸੋ ਅਸੀਂ ਇਹ ਕਹਿੰਦੇ ਹਾਂ ਸਾਡੇ ਮੁਰੇ ਲੱਗਣ ਪ੍ਰਧਾਨ ਪੈਣਾ ਮੁਰੇ ਲੱਗਣ ਪ੍ਰਧਾਨ ਪ੍ਰਧਾਨ ਤਾਂ ਦੀਵੇ ਨਹੀਂ ਆ ਜਿੱਥੇ ਪ੍ਰਧਾਨ ਤਾਂ ਦੇਖਦੇ ਵੀ ਹੈ ਨਹੀਂ ਉੱਥੇ ਕਿੱਥੇ ਨੇ ਪੰਦੇਰ ਨੂੰ ਪੁੱਛੋ ਕਿੱਥੇ ਸੀਗਾ ਇਹ ਪੰਦੇਰ ਨੂੰ ਪੁੱਛੋ ਜਦੋਂ ਮੁੰਡੇ ਨੇ ਗੋਲੀ ਬੱਜੀ ਕਿੱਥੇ ਸੀਗਾ ਇਹ ਫੂਲ ਵਰਗੇ ਕਿੱਥੇ ਸੀਗੇ ਪੁੱਛੋ ਇਹਨਾਂ ਨੂੰ ਕਿੱਥੇ ਸੀਗੇ ਬੰਜੀਤ ਸਿੰਘ ਰਾਏ ਦੁਆਬਾ ਜੁਨੀਆ ਦਾ ਜਿਹੜਾ ਹੈਗਾ ਪ੍ਰਧਾਨ ਪਿਛਲੀ ਵਾਰ ਉਹ ਰਾਜੇਵਾਲ ਦਾ ਸੀ ਇਲੈਕਸ਼ਨ ਚ ਇਲੈਕਸ਼ਨਲ ਵਿੱਚ ਖੜਾ ਹੋਇਆ ਇਲੈਕਸ਼ਨ 'ਚ ਜਮਾਤਾਂ ਜੱਫਤ ਹੋ ਕੇ ਮੁੜ ਕੇ ਹੁਣ ਜਾ ਕੇ ਇਦਾਂ ਨਾਲ ਰਲ ਕੇ ਆ ਕਿ ਹਾਂ ਜੀ ਰਾਜੇ ਆ ਲੁਗਾ ਦਾ ਕੱਢਦੇ ਲੋਕ ਹੁਣ ਜਾ ਕੇ ਇੱਥੇ ਆ ਕੇ ਆਪਣੇ ਸੱਚਾ ਬਣਦਾ ਪਿਆ ਉਹ ਕਿੱਥੇ ਸੀ ਉਦੋਂ ਜਦ ਤਰੇ ਗੋਲੀ ਬੱਜੀ ਆ ਮੁੰਡੇ ਦੇ ਦੱਸੋ ਉਹ ਕਿੱਥੇ ਸੀਗਾ ਮੈਨੂੰ ਦੋ ਜਵਾਬ ਜਿੱਦ ਤਨੇ ਮੁੰਡੇ ਦੇ ਗੋਲੀ ਬੱਜੀ ਆ ਕਿਹੜਾ ਪ੍ਰਧਾਨ ਸੀਗਾ ਉੱਥੇ ਦੱਸੋ ਮੈਨੂੰ ਹੁਣ ਤੁਸੀਂ ਕਹਿ ਰਹੇ ਹੋ ਦੇਖੋ ਮੱਥੇ ਦੇ ਕਾਲੀਆਂ ਪੱਟੀਆਂ ਬੰਨ ਲਓ ਘਰਾਂ ਦੇ ਝੰਡੇ ਲਾ ਲਓ ਮੈਂ ਕਹਿੰਦਾ ਮੈਂ 10000 ਝੰਡੇ ਲਾਉਣ ਨੂੰ ਤਿਆਰ ਆ 10000 ਝੰਡੇ ਮੁੰਡਾ ਮੁੜੇ ਆਊਗਾ ਬੰਬ ਝੰਡੇ ਲਾਉਣ ਨਾਲ ਮੈਨੂੰ ਦੇ ਦਿ ਜੇ ਝੰਡੇ ਲੌਣ ਦਾ ਮੁੰਡਾ ਵਾਪਸ ਆਉਦਾ ਤਾਂ ਸਾਰੇ ਹਲਾਣਗੇ ਘਰਾਂ ਚ ਝੰਡੇ ਠੀਕ ਆ ਸਾਰੇ ਘਰਾਂ ਚ ਲੌਣਗੇ ਝੰਡੇ ਜੇ ਝੰਡੇ ਲੌ ਕਾਲੀਆਂ ਝੰਡੀਆਂ ਦਾ ਵਾਪਸ ਆਜੂ ਮੁੰਡਾ ਟਰੈਕਟਰ ਮਾਰਚ ਨਾਲ ਮੁੰਡਾ ਵਾਪਸ ਆਜੂਗਾ ਟਰੈਕਟਰ ਮਾਰਚ ਦੇ ਨਾਲ ਮੁੰਡਾ ਵਾਪਸ ਆਜੂ ਮੈਨੂੰ ਦੱਸ ਦੋ ਜੇ ਟਰੈਕਟਰ ਮਾਰਚ ਫੇਰ ਰੋਜ਼ ਕੱਢ ਦਿੰਦੇ ਅਸੀਂ ਵੀ ਕਿਸੇ ਦੇ ਕੱਪੜੇ ਪਾੜਨ ਦੇ ਨਾਲ ਮੁੰਡਾ ਵਾਪਸ ਆਜੂਗਾ ਮੈਨੂੰ ਦੇਓ ਜਵਾਬ ਇਸ ਗੱਲ ਦਾ ਰੋਡ ਜਾਮ ਕਰਨਾ ਕਿਸੇ ਦਾ ਤੀਪਤ ਵਾਪਸ ਆਜੂਗਾ ਤੁਸੀਂ ਰੋਡ ਜਾਮ ਕਰਤਾ ਕੱਲ ਸਾਰਾ ਰੋਡ ਜਾਮ ਰਿਆ ਐਂਬੂਲੈਂਸਾਂ ਤੱਕ ਨੂੰ ਵੀ ਰੋਡ ਤੇ ਨਿਕਲ ਨਹੀਂ ਦਿੱਤਾ ਲੋਕਾਂ ਨੇ ਇੱਕ ਦੇ ਵਿੱਚ ਇੱਕ ਆਪਣੇ ਕਿਸ ਸਾਫ ਲੈਣ ਦੀ ਤੁਸੀਂ ਹੋਰ ਧੀ ਵਾਲੇ ਪੁੱਤਾਂ ਨੂੰ ਤੁਸੀਂ ਮਰਵਾਉਣ ਲੱਗੇ ਹੋ ਐਂਬੂਲੈਂਸਾਂ ਰੋਕ ਰੋਕ ਕੇ ਆਪਣੀ ਸਿਰਫ ਉਹ ਕਰਨੂ ਕਿ ਸਾਡੀ ਯੂਨੀਅਨ ਆਇਆ ਹੈ ਜੀ ਸਾਡੀ ਯੂਨੀਅਨ ਆਇਆ ਹੈ ਜੀ ਕਦੇ ਤੁਸੀਂ ਯੂਨੀਅਨ ਦੇ ਪ੍ਰਧਾਨ ਨੂੰ ਪੁੱਛਿਆ ਆਪਣੇ ਬਿਠਾ ਕੇ ਕਿ ਤੁਹਾਡਾ ਧੀ ਪੁੱਤ ਕਰੇ ਕਿ ਹੋਈ ਕਿ ਨਹੀਂ ਫਹਾ ਹੈ ਨਾ ਕਰੇ ਕਿਸੇ ਦਾ ਪ੍ਰਧਾਨ ਮੈਨੂੰ ਇੱਕ ਵਾਰ ਦੱਸ ਦੋ ਕਰੇ ਕਿਸੇ ਯੂਨੀਅਨ ਦੇ ਪ੍ਰਧਾਨ ਨੇ ਫਹਾ ਲਿਆ ਕਰਜੇ ਤੋਂ ਤੰਗ ਆ ਕੇ ਕਦੇ ਦਵਾਈ ਪੀਤੀ ਕਿਸੇ ਪ੍ਰਧਾਨ ਨੇ ਕਿਸੇ ਨੇ ਫਹਾ ਲਿਆ ਕਿਸੇ ਦੇ ਡੰਡਾ ਪਿਆ ਜਦ ਤੱਕ ਕਿਸੇ ਪ੍ਰਧਾਨ ਦੇ ਕੋਲ ਮੈਨੂੰ ਦੱਸ ਦੋ ਮਰਦਾ ਕੌਣ ਆਮ ਘਰ ਦਾ ਤੀ ਪੁੱਤ ਆਮ ਘਰ ਦਾ 2 ਏਕੜ ਵਾਲਾ 1.5 ਏਕੜ ਵਾਲਾ 3 ਵਾਲਾ 5 ਵਾਲਾ ਜਿਹੜਾ ਪਿੱਛੇ ਫਿਰਦਾ ਪਿਆ ਜਿਹੜਾ ਪਿੱਛੇ ਝੰਡੀ ਚੱਕੀ ਫਿਰਦਾ ਡੰਡੇ ਉਹਦੇ ਫਿਰਦੇ ਆ ਤੁਸੀਂ ਸਾਨੂੰ ਗਦਾਰੀਆਂ ਸਰਟੀਫਿਕੇਟ ਵੰਡਦੇ ਪਏ ਹੋ ਝੰਡਾ ਲਾ ਲਓ ਜੀ ਕਾਲਾ ਆਪਣੇ ਘਰ ਦੇ ਉੱਪਰ ਕਾਲਾ ਝੰਡਾ ਲਾ ਲਓ ਸਿਰ ਤੇ ਕਾਲਾ ਕੱਪੜਾ ਬੰਨ ਲਓ ਆਪਣੇ ਟਰੈਕਟਰਾਂ ਤੇ ਕਾਲੀ ਝੰਡੀ ਲਾ ਲਓ ਬਸ ਇਹਦੇ ਨਾਲ ਮੁੰਡਾ ਵਾਪਸ ਆ ਜਾਊਗਾ ਯਾ ਟਰੈਕਟਰ ਮਾਰਚ ਕੱਢ ਲੋ ਉਦੋਂ ਮੁੰਡਾ ਵਾਪਸ ਆ ਜੂਗਾ ਟਰੈਕਟਰ ਮਾਰਚ ਕੱਢਣ ਕੱਢ ਰਹੇ ਹੋ ਜਿਹੜਾ ਤੇਲ ਫੂਕ ਰਹੇ ਹੋ ਤੁਸੀਂ ਮੈਂ ਇੱਕ ਗੱਲ ਦੱਸਦਾ ਟਰੈਕਟਰ ਮਾਰਚ ਕੱਢਣ ਲੱਗੇ ਜਿਹੜਾ ਤੇਲ ਫੂਕ ਰਹੇ ਹੋ ਤੁਸੀਂ ਉਹੀ ਪੈਸੇ ਦਾ ਤੁਸੀਂ ਜਿਹੜਾ ਨੁਕਸਾਨ ਹੋਇਆ ਉਹਨੂੰ ਪੈਸੇ ਦੋ ਜਿਹੜਾ ਉਹ ਤੇਲ ਫੂਕ ਰਹੇ ਹੋ ਉਹੀ ਪੈਸੇ ਉਧਰ ਲਾਜ ਲਈ ਦਿਓ ਜਿਹਨੂੰ ਲੋੜ ਆ ਜਿਹਨਾਂ ਨੂੰ ਤੁਸੀਂ ਟਰੈਕਟਰਾਂ ਚ ਤੇਲ ਫੁਕਣਾ ਵਾ ਜਿਹੜਾ ਟਰੈਕਟਰ ਤੋੜਤਾ ਦੇਖੋ ਇੱਕ ਟਰੈਕਟਰ ਪੁੱਤ ਵਰਗਾ ਹੁੰਦਾ ਪੁੱਤ ਵਰਗਾ ਠੀਕ ਆ ਸਾਰੇ ਭੰਦ ਤੱਕ ਸਾਰੇ ਕਿੰਨੇ ਪੈ ਨੁਕਸਾਨ ਹੋਇਆ ਟਰੈਕਟਰਾਂ ਦੇ ਤੁਸੀਂ ਜਿਹੜਾ ਤੇਲ ਫੁਕੜਾ ਉਹ ਠੀਕ ਕਰਵਾ ਲੋ ਲੋਕਾਂ ਦੇ ਕਰਵਾ ਦਿਓ ਮੈਨੂੰ ਇੱਕ ਚੀਜ਼ ਦਾ ਜਵਾਬ ਦੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਮੈਨੂੰ ਕੁਝ ਲਿਖਿਓ ਅੱਜ ਤੋਂ ਬਾਅਦ ਜੋ ਜਿਹਨੇ ਮੇਰਾ ਵਿਰੋਧ ਕਰਨਾ ਕਰੋ ਮੈਨੂੰ ਸਭ ਨੇ ਅੱਗੇ ਗੱਲ ਕਰੋ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਚਾਹੀਦਾ ਹੈ ਇਹ ਕਿ ਮਰਦਾ ਕੌਣ ਆ ਪਿੱਛੇ ਛੰਨੀ ਚੱਕਣ ਵਾਲਾ ਆਪ ਕਰਦਾ ਧੀ ਪੁੱਤ ਕਦੇ ਕਿਸੇ ਪ੍ਰਧਾਨ ਦਾ ਮੁੰਡਾ ਕਿਉਂ ਨਹੀਂ ਮਰਦਾ ਮੈਨੂੰ ਦੱਸੋ ਅੱਜ ਤੱਕ ਮਰਿਆ ਪਹਿਲਾ ਦੋਲਣ ਹੋਇਆ 32 ਉਦੋਂ ਇੰਨਾ ਪੂਰਾ ਪੂਰਾ ਵਰਲਡ ਤੁਹਾਡੇ ਨਾਲ ਸੀ ਉਦੋਂ ਉਦੋਂ ਤੁਹਾਨੂੰ ਮੋਦੀ ਨੇ ਐਮਐਸਪੀ ਨਹੀਂ ਦਿੱਤੀ ਉਦੋਂ ਤੁਹਾਨੂੰ ਕੁਝ ਨਹੀਂ ਦਿੱਤਾ ਤੇ ਤੁਹਾਨੂੰ ਹੁਣ ਲੱਗਦਾ ਪੰਜ ਛੇ ਜੁਨੀ ਇਹਨਾਂ ਜਾਣਨਾ ਉੱਥੇ ਤੁਹਾਨੂੰ ਮਿਲ ਜੂ ਸਾਰਾ ਕੁਝ ਮੈਨੂੰ ਦੋ ਜਵਾਬ ਫਿਰ ਤੁਸੀਂ ਜਿਹੜੇ ਤੁਸੀਂ ਕਹਿੰਦੇ ਸੀ ਗੈਰ ਰਾਜਨੀਤਿਕ ਫਿਰ ਲੱਖੇ ਵਰਗੇ ਸਟੇਜਾਂ ਦਿੱਤੀਆਂ ਜਾ ਰਹੀਆਂ ਨੇ ਉੱਥੇ ਫਿਰ ਤੁਸੀਂ ਕਿਉਂ ਕਹਿੰਦੇ ਹੋ ਸੀ ਗੈਰ ਰਾਜਨੀਤਿਕ ਲੱਖੇ ਵਰਗੇ ਸਟੇਜਾਂ ਤੇ ਚੜੇ ਹੋਏ ਨੇ ਸਾਰਾ ਦਿਨ ਉਹ ਲੱਖੇ ਵਰਗੇ ਦੇਖਦੇ ਨਹੀਂ ਹੈਗੇ ਪਹਿਲਾ ਕੱਲ 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 ਬਾਗਾਂ ਲੱਗਿਆ ਸੀ ਉੱਥੇ ਫੋਟੋ ਸ਼ੂਟ ਕਰਾਉਣਾ ਸਮਾ ਦੇ ਨਾਲ ਫੇਰ ਜਾ ਕੇ ਲੱਖਾਂ ਲਗਾਏ ਫੋਟੋ ਸ਼ੂਟ ਕਰਾਉਣ ਮੈਂ ਇਹਨਾਂ ਨੂੰ ਪੁੱਛੂਗਾ ਮੁਰਕੇ 15-20 ਦਿਨ ਬਾਅਦ ਫੇਰ ਦੇਖੂ ਉਹਦੇ ਘਰੇ ਕੌਣ ਜਾਊ ਉਸ ਭੈਣ ਦੇ ਕੋਲ ਰਖੜੀ ਤੇ ਕੌਣ ਜਾਊ ਉਸ ਭੈਣ ਕੋਲ ਰਖੜੀ ਬਣਾਉਣ ਫੇਰ ਮੈਂ ਦੇਖੂਗਾ ਉਧਰ ਤੁਹੀਂ ਫੋਟੋ ਸ਼ੂਟ ਕਰਾਉਣ ਪਹੁੰਚ ਗਏ ਕਿ ਹਾਂ ਸਾਰਾ ਮੀਡੀਆ ਹੈਗਾ ਵਾ ਉਥੋਂ ਹੀ ਲੱਖੇ ਨੇ ਇਲੈਕਸ਼ਨ ਲੜਨੀ ਪਟੰਡੇ ਜ਼ਿਲ੍ਹੇ ਚੋਈ ਉੱਥੇ ਜਾ ਕੇ ਚਾਰ ਗੱਲਾਂ ਕਹਿ ਦਊਗਾ ਸਰਕਾਰ ਦੇ ਖਿਲਾਫ ਪੜਕਾ ਦਊਗਾ ਲੋਕਾਂ ਨੂੰ ਹਾਂ ਲੋਕਾਂ ਨੂੰ ਹੋਊਗਾ ਲੱਖਾਂ ਵਧੀਆ ਜੀ ਹੱਦ ਹੋ ਗਈ ਯਾਰ ਸਾਲੇ ਦਾ ਤੁਸੀਂ ਸਾਡਾ ਸਵਾਲ ਕਰਦੇ ਹੋ ਅਸੀਂ ਨਹੀਂ ਜਾਣਾ ਅਸੀਂ ਨਹੀਂ ਜਾਣਾ ਸਾਫ਼ ਤੇ ਸਪਸ਼ਟ ਗੱਲ ਆ ਜਦ ਤੱਕ ਮੋਰਚਾ ਸਹੀ ਹੱਥਾਂ 'ਚ ਨਹੀਂ ਆਉਂਦਾ ਅਸੀਂ ਨਹੀਂ ਜਾਣਾ ਸਾਨੂੰ ਜਦ ਤੱਕ ਪੰਦੇਰ ਵਰਗੇ ਦੱਸ ਦੇ ਨਹੀਂ ਹੈਗੇ ਗੱਲਾਂ ਜਿਹੜੀਆਂ ਸਾਡੇ ਸਵਾਲ ਆ ਜਵਾਬ ਨਹੀਂ ਦਿੰਦੇ ਅਸੀਂ ਨਹੀਂ ਜਾਣਾ ਮੈਂ ਤਾਂ ਨੌਜਵਾਨਾਂ ਨੂੰ ਵੀ ਕਹਿੰਦਾ ਪਿੱਛੇ ਹਟ ਜਾਓ ਮੂਰੇ ਲਾਓ ਇਹਨਾਂ ਨੂੰ ਪਹਿਲਾਂ ਇਹਨੂੰ ਕਾ ਤੁਸੀਂ ਲੱਗੋ ਮੂਰੇ ਬਿਲਕੁਲ ਗੱਲ ਸਹੀ ਆ ਬਾਬਾ ਜੀ ਪ੍ਰਧਾਨ ਦਾ ਦਿਮਾਗ ਨਹੀਂ ਖਰਾਬ ਹੈਗਾ ਆਪੇ ਆਮ ਘਰਾ ਦੇ ਧੀ ਪੁੱਤ ਨਹੀਂ ਹੈਗੇ ਮਰਨ ਨੂੰ ਕੱਲੇ ਜੇ ਪ੍ਰਧਾਨ ਦਾ ਦਿਮਾਗ ਖਰਾਬ ਨਹੀਂ ਹੈਗਾ ਬਾਬਾ ਜੀ ਤੁਸੀਂ ਦੇਖ ਰਹੇ ਹੋ ਨਾ ਪ੍ਰਧਾਨ ਦਾ ਦਿਮਾਗ ਖਰਾਬ ਹੈ ਆਪਣਾ ਪੁੱਤ ਮਰਵਾਉ ਆਪਣੇ ਪੁੱਤ ਨੇ ਤੇਰੇ ਬਾਹਰ ਬੈਠੇ ਆ ਸਭ ਦੇ ਪੁੱਛੋ ਬੰਦੇਰ ਦਾ ਪਰਿਵਾਰ ਕਿੱਥੇ ਆ ਪੁੱਛੋ ਲੱਖੇ ਦਾ ਪਰਿਵਾਰ ਜਾਂ ਬਾਕੀ ਹੋਰ ਜਿਹੜੇ ਆਪਣੇ ਮੈਂ ਰਾਜ ਸਿੰਘ ਖਾਲਸੇ ਦਾ ਰਾਜ ਸਿੰਘ ਖਾਲਸੇ ਦੀ ਵੀਡੀਓ ਦੇਖੀ ਕੱਲ ਤੇ ਸਾਰੇ ਉਹਦੇ ਪੇਜ ਤੇ ਵੀ ਪਈ ਹੋਊਗੀ ਹਜੇ ਤੱਕ ਉਹ ਡਰੀ ਟਰਾ ਕਰਕੇ ਆ ਹੋਵੇ ਰਾਜ ਸਿੰਘ ਖਾਲਸੇ ਨੇ ਮੂੰਹ ਤੇ ਕੋਲਕਾਟ ਦੀ ਲਾਈ ਹੋਏ ਮੇਕਅਪ ਕੀਤਾ ਹੋਇਆ ਮੂੰਹ ਤੇ ਪਿੱਛੇ ਖੜਾ ਵਾ ਵੀਡੀਓ ਬਣ ਰਹੀ ਆ ਲੋਕਾਂ ਨੂੰ ਕਹਿ ਰਿਹਾ ਵਧੋ ਅੱਗੇ ਆਪਣੇ ਜਕਾਰਾ ਛੱਡ ਕੇ ਅੱਗੇ ਵਧੋ ਫੇ ਤੂੰ ਕਿਉਂ ਨਹੀਂ ਵਧ ਰਿਹਾ ਤੂੰ ਪਿੱਛੇ ਖੜਾ ਪਿੱਛੇ ਤੂੰ ਪਿੱਛੇ ਵੀਡੀਓ ਬਣਾਉਣ ਲੱਗ ਕੇ ਬੰਦਾ ਤੇਰੀ ਤੇ ਤੂੰ ਲੋਕ ਜਟਾਰਾ ਛੱਡ ਕੇ ਕਹਿ ਰਹੇ ਅੱਗੇ ਵਧੋਗੇ ਤੂੰ ਕਿਉਂ ਨਹੀਂ ਵਧ ਰਿਹਾ ਤੂੰ ਕਿਉਂ ਨਹੀਂ ਵਧ ਰਿਹਾ ਦੇ ਜਵਾਬ ਫੇਰ ਤੁਸੀਂ ਆਮ ਘਰਾ ਦੇ ਧੀ ਪੁੱਤਰ ਨੂੰ ਮਾਈਕ ਤੇ ਨਹੀਂ ਦਿੰਦੇ ਮਾਈਕ ਦਿੰਦੇ ਹੋ ਕਿਹੜੇ ਹੈ ਰਫਤਾਰ ਵਰਗੇ ਆ ਨੂੰ ਜਿਹੜੇ ਲੋਕਾਂ ਨੂੰ ਢਕਾਉਂਦੇ ਨੇ ਫੇਰ ਮਾਈਕ ਇਹਨਾਂ ਦੇ ਹੱਥਾਂ 'ਚ ਫੜਾਉਂਦੇ ਹੋ ਤੁਸੀਂ ਆਮ ਘਰਾ ਦੇ ਧੀ ਪੁੱਤ ਕਿੱਥੇ ਜਾਣ ਉਹ ਮਰਨ ਨੂੰ ਰਹਿ ਗਏ ਬਸ ਆਮ ਘਰਾ ਦੇ ਧੀ ਪੁੱਤ মিডিਆ মিডিਆ ਜੇ ਜਾਂਦਾ ਬਿਨ ਇੰਟਰਵਿਊ ਕਰਨ ਲੱਖੇ ਦੀ ਟ੍ਰੈਕਟਰਾਂ 'ਲੀ ਬੈਠਾ ਦੱਸ ਸਰਕਾਰ ਨੂੰ ਐ ਨਹੀਂ ਕਰਨਾ ਤੂੰ ਕੀ ਕੀਤਾ ਤੂੰ ਦੱਸ ਕੀ ਕੀਤਾ ਤੂੰ ਹੀ ਬੈਠਾ ਸੀ ਉੱਤੇ ਖਣੋਰੀ ਬਾਂਦਾ ਵੀ ਉੱਥੇ ਸੀ ਤੁਸੀਂ ਕੀ ਕੀਤਾ ਤੁਹਾਡੀ ਕਿੱਥੇ ਤੁਸੀਂ ਕਿੱਥੇ ਸੀ ਉਦੋਂ ਸਾਰਾ ਦਿਨ ਤੁਸੀਂ ਸਾਰਾ ਦਿਨ ਇੱਕ ਵੀਡੀਓ ਤੱਕ ਨਹੀਂ ਪਾਈ ਹੋਰ ਤੁਸੀਂ ਜਾ ਕੇ ਉੱਥੇ ਉਹਨੇ ਘਰੇ ਜਾ ਕੇ ਮੁੰਡੇ ਦੇ ਆਪਣੀਆਂ ਫੋਟੋ ਸ਼ੂਟ ਕਰਾਉਣ ਲੱਗੇ ਹੋਏ ਹੋ ਪਹਿਲਾਂ ਜਿਹੜਾ 750 ਸਾਡਾ ਬੰਡਾ ਹੋ ਗਿਆ ਉਹਨਾਂ ਦੇ ਘਰੇ ਕਿਉਂ ਨਹੀਂ ਗਏ ਤੁਸੀਂ ਉੱਥੇ ਜਾ ਕੇ ਉਹਨਾਂ ਮਾਵਾ ਨੂੰ ਕਿਉਂ ਨਹੀਂ ਬਣੇ ਇੱਥੇ ਕਿਉਂ ਜਾ ਰਹੇ ਹੁਣ ਇੱਥੇ ਪਤਾ ਵਾ ਕਿ ਉਹ 750 ਤੇ ਮੀਡੀਆ ਸਾਹਮਣੇ ਗੱਲ ਨਹੀਂ ਚੱਲਣੀ ਇੱਥੇ ਤਾਂ ਚੱਲ ਰਹੀ ਆ ਹੁਣ ਮੀਡੀਆ ਮੂਰੇ ਗੱਲ ਨਾਲ ਇਹ ਬਠੱਡੇ ਦਾ ਵਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਦਾਂ ਬਾਈ ਜੇ ਮੁੰਡਾ ਬਠਿੰਡੇ ਦਾ ਨਾਂ ਹੁੰਦਾ ਲੱਖੇ ਨੇ ਬਿਲਕੁਲ ਉਹਦੇ ਘਰੇ ਨਹੀਂ ਜਾਣਾ ਸੀ ਕਿਉਂਕਿ ਹੁਣ ਵੋਟਾਂ ਆ ਗਈਆਂ ਲੱਖੇ ਨੇ ਐਮਪੀ ਇਲੈਕਸ਼ਨ ਜਿੱਤਣਾ ਵਾ ਐਮਪੀ ਇਲੈਕਸ਼ਨ ਜਿੱਤਣ ਨੂੰ ਇਹ ਹੁਣ ਘਰੇ ਜਾ ਕੇ ਦੇਖਿਓ ਹੁਣ ਦੋ ਹਰ ਰੋਜ਼ ਤੀਜੇ ਦਿਨ ਜਾਉਗੇ ਇਹ ਜੇ ਇਹ ਮੁੰਡਾ ਬਠਿੰਡੇ ਦਾ ਨਾਂ ਹੁੰਦਾ ਲੱਖਾ ਜਾਂਦਾ ਵੀ ਨਾ ਉਹਦੇ ਘਰੇ